ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਬਲਜੀਤ ਸਿੰਘ ਵੱਲੋਂ ਅੱਜ ਅਸੀਂ ਗੁਰਦਾਸਪੁਰ ਦੇ ਵਿੱਚ ਇੱਕ ਕਿਸਾਨ ਮਜ਼ਦੂਰ ਮਹਾਂਸਭਾ ਆਯੋਜਿਤ ਕੀਤੀ ਸੀ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਇਆ ਕਾਫੀ ਸਕਸੈਸਫੁਲ ਰਹੀ ਬਹੁਤ ਮਹਾਰਾਜ ਦੀ ਕਿਰਪਾ ਦੇ ਨਾਲ ਬਟ ਥੋੜਾ ਮੌਸਮ ਦੇ ਕਰਕੇ ਸੰਗਤ ਨੂੰ ਪ੍ਰੋਬਲਮ ਆਈ ਇਸ ਮਹਾਂਸਭਾ ਦੇ ਵਿੱਚ ਸਾਡੇ ਭਰਾ ਕਲਾਕਾਰ ਸ਼੍ਰੀ ਬਰਾੜ ਵੀਰ ਨੇ ਆਪਣੀ ਹਾਜ਼ਰੀ ਭਰੀ ਐਂਡ ਇਹ ਭਰਾ ਨੇ ਬਹੁਤ ਵੱਡਾ ਯੋਗਦਾਨ ਹੈ ਕਿਸਾਨ ਐਂਥਮ ਕਿਸਾਨ ਐਂਥਮ 2 ਜਿਵੇਂ ਸਾਡੇ ਆਗੂ ਕਹਿੰਦੇ ਨੇ ਕਿ ਜਿਹੜੀ ਟਰਾਂਸਫਾਰਮ ਜਾਂ ਮੋਟਰ ਜਿਹੜੀ ਆਗੂਆਂ ਨੇ ਖੜੀ ਬਣਾਈ ਹੈ ਉਹਦੇ ਵਿੱਚ ਕਰੰਟ ਪਾਉਣ ਦਾ ਜਿਹੜਾ ਕੰਮ ਉਹ ਸਾਡੇ ਕਲਾਕਾਰ ਭਰਾਵਾਂ ਨੇ ਪੂਰਾ ਕੀਤਾ ਤੇ ਕਰ ਵੀ ਰਹੇ ਨੇ ਸ਼੍ਰੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰੇ ਜੁੜੇ ਵੀਰ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਬਾਈ ਜੀ ਇੱਥੇ ਤੁਹਾਡਾ ਪਹੁੰਚਣ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਕਿਸਾਨ ਭਰਾਵਾਂ ਨੂੰ ਪਬਲਿਕ ਨੂੰ ਦਿੱਲੀ ਮੋਰਚੇ ਦੇ ਲਈ ਸੁਨੇਹਾ ਤਾਂ ਪਹਿਲੀ ਗੱਲ ਤਾਂ ਵੀਰ ਜੀ ਜਿਹੜੇ ਵੀਰ ਭਰਾ ਦਿੱਲੀ ਮੋਰਚੇ ਤੇ ਜਾ ਕੇ ਬਹਿ ਗਏ ਉਹ ਬਹੁਤ ਸਿਆਣੇ ਆ ਇੰਨਾ ਕੁਛ ਜਿਹੜੇ ਇੰਨੀਆਂ ਗਹਿਰੀਆਂ ਸਰਕਾਰੀ ਨੀਤੀਆਂ ਨੂੰ ਸਮਝ ਗਏ ਉੱਥੇ ਜਾ ਕੇ ਜਿਹੜੇ ਬਹਿ ਗਏ ਉਹ ਆਪਸ ਚ ਬੜੇ ਸਿਆਣੇ ਆ ਸਾਰੇ ਵੀਰ ਭਰਾ ਪਰ ਇੰਨਾ ਹੀ ਹੈ ਕਿ ਮਿਲ ਕੇ ਚੱਲੀਏ ਸਾਰੇ ਏਕੇ ਨਾਲ ਚੱਲੀਏ ਕਿਤੇ ਨਾ ਕਿਤੇ ਚਲੋ ਕਲਾਕਾਰ ਬਾਅਦ ਚ ਪਹਿਲਾਂ ਕਿਸਾਨਾਂ ਦੇ ਪੁੱਤ ਆ ਆਪਾਂ ਵੀ ਸਾਰੇ ਰਲ ਮਿਲ ਕੇ ਫਰਜ਼ ਨਿਭਾ ਰਹੇ ਹਾਂ ਤਾਂ ਕਿਤੇ ਨਾ ਕਿਤੇ ਆਪਾਂ ਏਕੇ ਨਾਲ ਚੱਲੀਏ ਉਹ ਬੜੀਆਂ ਨੀਤੀਆਂ ਇਹੋ ਜਿਹੀਆਂ ਅਪਣਾਉਂਦੇ ਹੈਗੇ ਆ ਜਿਵੇਂ ਜਿਹਦਾ ਨਾ ਹੀ ਰਾਜਨੀਤੀ ਹੋਇਆ ਉਹ ਰਾਜਕਰਨ ਦੀ ਹਰ ਨੀਤੀ ਅਪਣਾਉਂਦੇ ਆ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਸਮਝ ਕੇ ਆਪਾਂ ਚੱਲੀਏ ਮੈਨੂੰ ਇਹੀ ਲੱਗਦਾ ਕਿ ਥੋੜਾ ਜਿਹਾ ਸਮਝਦਾਰੀ ਨਾਲ ਚੱਲੀਏ ਕਿਉਂਕਿ ਮਾਹੌਲ ਇਹੋ ਜਿਹਾ ਹੈਗਾ ਕਿਉਂਕਿ ਜਿੱਤ ਦੇ ਬੜਾ ਕਰੀਬ ਹੈ ਤੇ ਜਦੋਂ ਜਮਾਂ ਨੇੜੇ ਹੁੰਦੇ ਆ ਜਿੱਤ ਦੇ ਉਦੋਂ ਸਮਝਦਾਰੀ ਦੀ ਹੋਰ ਜ਼ਿਆਦਾ ਲੋੜ ਪੈਂਦੀ ਹੈ ਸ਼੍ਰੀ ਵੀਰੇ ਤੁਸੀਂ ਵਧੀਆ ਨਾਮਵਰ ਕਲਾਕਾਰ ਹੋ ਬਹੁਤ ਪਰਮਾਤਮਾ ਦੀ ਬਖਸ਼ ਹੈ ਤੁਹਾਡੇ ਉੱਪਰ ਬਹੁਤ ਸੋਹਣੇ ਗਾਣੇ ਚੱਲਦੇ ਨੇ ਕੀ ਮਨ ਦੇ ਵਿੱਚ ਆਉਂਦਾ ਹੈ ਜਦੋਂ ਤੁਹਾਡੇ ਅੰਦਰ ਕੀ ਚੱਲਦਾ ਵੀ ਯਾਰ ਮੈਂ ਕਿਸਾਨਾਂ ਵਾਸਤੇ ਆਹ ਚੀਜ਼ ਕਰਨੀ ਹੈ ਮੈਂ ਕਿਸਾਨਾਂ ਵਾਸਤੇ ਮੂਹਰੇ ਲੱਗਾਂ ਪਿੱਛੇ ਤੁਸੀਂ ਮਹਾਂ ਪੰਚਾਇਤ ਵੀ ਕਰਵਾਈ ਹੈ ਉਸ ਏਰੀਏ ਚ ਕਰਵਾਈ ਹੈ ਜਿਹੜਾ ਏਰੀਆ ਸੁੱਤਾ ਪਿਆ ਸੀ ਉਹਨੂੰ ਜਗਾਇਆ ਕੀ ਮਨ ਦੇ ਵਿੱਚ ਚੱਲਦਾ ਮਨ ਦੇ ਵਿੱਚ ਜਿਵੇਂ ਇੱਕ ਜ਼ਿੰਮੇਵਾਰੀ ਸੀਗੀ ਕਿ ਅਸੀਂ ਗਾਉਂਦੇ ਸੀ ਤਾਂ ਉਦੋਂ ਵੀਰ ਜੀ ਇੱਕ ਆਉਂਦਾ ਸੀ ਕਿ ਸਾਡੀਆਂ ਕਲਮਾਂ ਅਸੀਂ ਕੀ ਜਵਾਬ ਦੇਵਾਂਗੇ ਕਿ ਕਿਸਾਨੀ ਜਦੋਂ ਸਾਡੀ ਦਮ ਤੋੜ ਰਹੀ ਸੀ ਅਸੀਂ ਬੋਲੇ ਨੀ ਸਾਡੇ ਗੀਤ ਕਿਸਾਨੀ ਲਈ ਨੀ ਬੋਲੇ ਤਾਂ ਕਿਤੇ ਨਾ ਕਿਤੇ ਗੀਤਾਂ ਨੂੰ ਵੀ ਲੈ ਕੇ ਆਏ ਫਿਰ ਜਿਹੜੀ ਮਹਾਂ ਪੰਚਾਇਤ ਦੀ ਗੱਲ ਕੀਤੀ ਉਦੋਂ ਵੀ ਇੱਕ ਸਵਾਲ ਫਿਰ ਆਇਆ ਦਿਲ ਚ ਕਿ ਕੱਲ ਨੂੰ ਇਹ ਵੀ ਸਵਾਲ ਉੱਠਣਾ ਕਿ ਤੁਸੀਂ ਗੀਤ ਗਾਉਂਦੇ ਰਹੇ ਪਰ ਤੁਸੀਂ ਆਏ ਕਿਉਂ ਨੀ ਪਿੰਡੋ ਪਿੰਡ ਕਿਉਂ ਨੀ ਆਏ ਤਾਂ ਉਹ ਇਲਾਕਾ ਆਪਾਂ ਚੁਣਿਆ ਉਹ ਬੜਾ ਘੱਟ ਲੋਕ ਆ ਰਹੇ ਸੀ ਰਾਜਸਥਾਨ ਦੇ ਇਲਾਕੇ ਚੋਂ ਤਾਂ ਉੱਥੇ ਵੀ ਇੰਨਾ ਕੁ ਜ਼ਿਆਦਾ ਸੀ ਪਿੰਡੋ ਪਿੰਡ ਗਏ ਤੁਸੀਂ ਵੀ ਮੈਨੂੰ ਲੱਗਦਾ ਪਹਿਲੇ ਦਿਨ ਚੱਲ ਗਏ ਸੀਗੇ ਤੁਸੀਂ ਵੀ ਦੇਖਿਆ ਸਾਰੀ ਚੀਜ਼ ਨੂੰ ਤਾਂ ਆਪਾਂ ਕਿ ਪਿੰਡੋ ਪਿੰਡ ਜਾ ਕੇ ਵੀ ਆਪਾਂ ਸੋਚਿਆ ਫਰਜ਼ ਨਿਭਾਈਏ ਉੱਥੋਂ ਵੀ ਲੋਕ ਉੱਠੇ ਹਜ਼ਾਰਾਂ ਦੀ ਤਾਦਾਦ ਚ ਯੂਥ ਆਇਆ ਇੰਨਾ ਉੱਠ ਕੇ ਤਾਂ ਕਿਤੇ ਨਾ ਕਿਤੇ ਇੱਕ ਖੁਸ਼ੀ ਹੁੰਦੀ ਹੈ ਕਿ ਇਤਿਹਾਸ ਲਿਖਿਆ ਜਾ ਰਿਹਾ ਉਹਦਾ ਹਿੱਸਾ ਬਣ ਰਹੇ ਹੈ ਦੁੱਖ ਇਹ ਹੈ ਕਿ ਬੜੇ ਅਜੀਬ ਜਿਹੇ ਟਾਈਮ ਚ ਹੈਗੇ ਆ ਜਿੱਥੇ ਬਹੁਤ ਲੋਕ ਸਾਥ ਛੱਡ ਰਹੇ ਹੈ ਬਸ ਵੀਰ ਭਰਾ ਇਕੱਠੇ ਹੋ ਰਹੇ ਹੈ ਬਹੁਤ ਬਹੁਤ ਧੰਨਵਾਦ ਅੱਜ ਗੁਰਦਾਸਪੁਰ ਵੀ ਪਹੁੰਚਣ ਦੇ ਵਿੱਚ ਇਹ ਸਾਡਾ ਭਰਾ ਦਿਲੋਂ ਇਸ ਸੰਘਰਸ਼ ਦੇ ਨਾਲ ਫਾਰਮੈਲਿਟੀ ਤੌਰ ਤੇ ਨਹੀਂ ਨਾਮ ਬਣਾਉਣ ਵਾਸਤੇ ਨਹੀਂ ਨਾਮ ਭਰਾ ਦਾ ਬਹੁਤ ਪਹਿਲਾਂ ਮਹਾਰਾਜ ਦੀ ਕਿਰਪਾ ਹਰ ਕਿਸੇ ਨੂੰ ਬਾਈ ਸ਼੍ਰੀ ਬਰਾੜ ਦੇ ਬਾਰੇ ਜਾਣਕਾਰੀ ਹੈ ਬਾਈ ਦੇ ਗਾਣੇ ਸੁਣਦੇ ਨੇ ਮੈਂ ਹੋਰ ਵੀ ਜਿੰਨੇ ਆਪਣੇ ਕਲਾਕਾਰ ਭਰਾ ਨੇ ਜਿੰਨੇ ਵੀਰ ਸੈਲੀਬ੍ਰਿਟੀਆਂ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਬਾਈ ਦੀ ਤਰ੍ਹਾਂ ਤੁਸੀਂ ਵੀ ਆਪਣੇ ਜਿਹੜਾ ਯੋਗਦਾਨ ਆਪਣਾ ਸਹਿਯੋਗ ਹੈ ਸੰਗਤ ਨੂੰ ਲਾਮਬੰਦ ਕਰਨ ਦਾ ਉਹ ਜ਼ਰੂਰ ਕਰੋ ਤਾਂ ਜੋ ਇਸ ਸੰਘਰਸ਼ ਦੇ ਵਿੱਚ ਅਸੀਂ ਇਕੱਠੇ ਹੋ ਕੇ ਜਿੱਤ ਪ੍ਰਾਪਤ ਕਰ ਸਕੀਏ ਤੇ ਜੋ ਡਿਫਰੈਂਸਸ ਪਾਉਣ ਦੀ ਕੋਸ਼ਿਸ਼ ਹੁੰਦੀ ਹੈ ਉਹਨੂੰ ਆਪਾਂ ਨਾ ਕਾਮਯਾਬ ਕਰੀਏ ਬਹੁਤ ਬਹੁਤ ਧੰਨਵਾਦ